ਅਸੀਂ ਉਹਨੇ ਪਹਿਲਾਂ ਪਾਣੀ ਭਰਨ ਲਾਈਆਂ ਬਾਹਰ ਅਤੇ ਉਹਨੂੰ ਪ੍ਰੀਤਮ ਪੁਲਿਸ ਗੁੰਡੇ ਖੜ੍ਹੇ ਸੀ, ਉਹਨਾਂ ਸਾਡੇ ਨਾਲ ਛੇੜਛਾੜ ਕੀਤੀ ਅਤੇ ਸਾਡੇ ਸ਼ਰੇਆਮ ਚੇੜਾ ਮਾਰੇ। ਤਸਵੀਰਾਂ 'ਚ ਨਜ਼ਰ ਆ ਰਿਹਾ ਕੱਚਾ ਘਰ ਉਸ ਗਰੀਬ ਪਰਿਵਾਰ ਦਾ ਹੈ ਜੋ ਇੱਕ ਬੇਖੌਫ ਤੇ ਬੇਰਹਿਮ ਪੁਲਿਸ ਵਾਲੇ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ। ਅਸਲ 'ਚ ਪੂਰਾ ਮਾਮਲਾ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬਕੇ ਵਿਖੇ, ਜਿੱਥੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਗਰੀਬ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ। ਹਬੀਬਕੇ ਦੇ ਰਹਿਣ ਵਾਲੇ ਗਰੀਬ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਰਹਿਣ ਵਾਲੇ ਹੀ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦੀ ਧੌਂਸ ਵਿਖਾਉਂਦੇ ਹੋਏ ਕੁਝ ਗੁੰਡਿਆਂ ਨਾਲ ਮਿਲ ਕੇ ਪੂਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਅਤੇ ਉਹਨਾਂ ਦੇ ਘਰ ਦਾ ਸਮਾਨ ਵੀ ਤੋੜ ਦਿੱਤਾ। ਪਰਿਵਾਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਲੜਕੇ ਦੇ ਸਿਰ ਵਿੱਚ ਕਾਪੇ ਦੇ ਨਾਲ ਵਾਰ ਕੀਤਾ ਗਿਆ, ਜਿਸ ਨਾਲ ਉਹਨਾਂ ਦਾ ਲੜਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਪਰਿਵਾਰ ਦੀਆਂ ਲੜਕੀਆਂ ਨੇ ਪੁਲਿਸ ਮੁਲਾਜ਼ਮ ਤੇ ਆਰੋਪ ਲਗਾਏ ਕਿ ਜਦੋਂ ਉਹ ਪਾਣੀ ਭਰਨ ਜਾ ਰਹੀਆਂ ਸਨ ਤਾਂ ਪਿੰਡ ਦੇ ਹੀ ਰਹਿਣ ਵਾਲੇ ਪੁਲਿਸ ਮੁਲਾਜ਼ਮ ਨੇ ਉਹਨਾਂ ਨਾਲ ਛੇੜਛਾੜ ਕੀਤੀ, ਜਿਸ ਦਾ ਉਹਨਾਂ ਵੱਲੋਂ ਵਿਰੋਧ ਕਰਨ ਤੇ ਘਰ ਵਿੱਚ ਭੰਨ ਤੋੜ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਤੇ ਉਹਨੂੰ ਪ੍ਰੀਤਮ ਪੁਲਿਸ ਗੁੰਡੇ ਖੜ੍ਹੇ ਸੀ, ਉਹਨਾਂ ਸਾਡੇ ਨਾਲ ਛੇੜਛਾੜ ਕੀਤੀ ਅਤੇ ਅਸੀਂ ਜਦੋਂ ਵਿਰੋਧ ਕੀਤਾ ਅਤੇ ਉਹਨਾਂ ਸਾਡੇ ਮੁੰਡੇ ਦੇ ਸਿਰ ਉੱਤੇ ਕਾਪਾ ਮਾਰਤਾ। ਪ੍ਰੀਤਮ ਪੁਲਿਸ ਮੁੰਡੇ ਸਾਡੇ 'ਤੇ ਕਾਪਾ ਮਾਰਤਾ, ਡੈਡੀ ਅਤੇ ਮੰਮੀ ਲੈ ਕੇ ਆ ਗਏ ਹੋਸਪਿਟਲ ਅਤੇ ਪਿੱਛੋਂ ਜਾ ਕੇ ਸਾਡੇ ਘਰ ਉਹਨਾਂ ਸਾਡੇ ਘਰ ਨੁਕਸਾਨ ਕਰਤਾ, ਨਾਲੇ ਸਾਡੇ ਸ਼ਰੇਆਮ ਚਪੇੜਾਂ ਮਾਰੀਆਂ। ਮੈਂ ਨਾਬਾਲਗ ਲੜਕੀ ਹਾਂ, ਸਰਕਾਰ ਤੋਂ ਮੰਗ ਕਰਦੀ ਹਾਂ ਸਖ਼ਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਮਾਮਲੇ ਬਾਰੇ ਪੱਤਰਕਾਰਾਂ ਦੁਆਰਾ ਪੁਲਿਸ ਮੁਲਾਜ਼ਮ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਮੁਲਾਜ਼ਮ ਦੁਆਰਾ ਆਮ ਜਨਤਾ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਆਮ ਵੇਖਣ ਨੂੰ ਮਿਲ ਜਾਂਦੀ ਹੈ, ਪਰ ਖਾਕੀ ਵਰਦੀ ਦੇ ਤਸ਼ੱਦਦ ਰੁਕਦੇ ਹੀ ਨਹੀਂ। ਕਹਾਵਤ ਹੈ ਕਿ ਜਦ ਰਕਸ਼ਕ ਹੀ ਭਕਸ਼ਕ ਬਣ ਜਾਏ ਤਾਂ ਉਸ ਦੇਸ਼ ਦੀ ਜਨਤਾ ਦਾ ਕੀ ਬਣੂਗਾ। ਫਿਰੋਜ਼ਪੁਰ ਤੋਂ ਹਰਪਾਲ ਸਿੰਘ ਜ਼ੀਰਾ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।